ਇੰਤਜ਼ਾਰ ਹੋ ਗਿਆ ਸਾਡੇ ਕੋਲ ਆ ਗਿਆ ਅੱਜ ਠੀਕ ਹੈ ਸਾਰੇ ਪ੍ਰਾਈਸ ਕੁਝ ਇਕੱਠੇ ਹੋਏ ਆ ਸਾਡੇ ਕਲੱਬ ਨਿਸ਼ਾਨ ਬਾਨ ਚੌਧਰੀ ਮਨੀਰ ਸਾਹਿਬ ਜਿਹੜਾ ਨਾ ਇਹ ਬੇਮਲ ਸੋਹ ਜੀ ਬਸ ਆਈ ਗਿਆ ਸਾਡੇ ਨਾਲ ਇਹਨਾਂ ਨਾਲ ਸਾਡੇ ਸ਼ਰੀਆ ਬਰਿਆਤ ਇਨਸ਼ਾਅੱਲਾ ਆਪਣੇ ਵੀ ਅਸਾਂ ਮਾਰਦੇ ਇਨਸ਼ਾਅੱਲਾ ਇਨਸ਼ਾਅੱਲਾ ਜੀ ਭਾਈ ਕਮਾਲ ਅਜੀਜ਼ ਗੋਰਸੀ ਸਾਹਿਬ ਪਲੀਜ਼ ਕੋਈ ਦੱਸੋ ਕੀ ਕਰਦੇ ਹੋ ਅੱਜ ਕਿੱਥੇ ਆਏ ਹੋ ਅਤੇ ਕੀ ਪ੍ਰੋਗਰਾਮ ਹੈ ਅੱਜ ਸਰ ਜੀ ਅਸੀਂ ਆਏ ਹਾਂ ਜੀ ਖੋਏ ਨੂੰ ਡੇਰੇ 'ਤੇ ਜੀ ਜੀ ਸਾਰੇ ਦੋਸਤ ਇਕੱਠੇ ਹੋਏ ਨੇ ਜੀ ਜੀ ਰਾਜਾ ਬਲਾਲ ਸਾਹਿਬ ਨਾਲ ਘੋੜਾ ਆਇਆ ਜੀ 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 ਸਾਰੇ ਦੋਸਤ ਇਕੱਠੇ ਹੋਏ ਨੇ ਆਪਣਾ ਤਾਰਫ ਕਰਾਓ ਨਾਲ ਮੇਰਾ ਨਾਮ ਕਮਾਲ ਅਜ਼ੀਜ਼ ਹੈ ਜੀ ਮੈਂ ਸਿੰਸਾ ਆਜ਼ਾਦ ਕਸ਼ਮੀਰ ਹਾਲਾਂਕਿ ਮੇਰਾ ਇੱਥੇ ਡਿਊਜ਼ਬਰੀ ਰਹਿੰਦੇ ਹਾਂ ਕੋਈ ਰੋਕ ਕਲੱਬ ਨੇ ਅਸੀਂ ਮੈਂਬਰ ਹਾਂ ਮਾਲਕ ਅਤੇ ਸਾਡਾ ਆਪਣੇ ਕਲੱਬ ਹੈ ਸਾਰੇ ਕਨੂਰ ਕਲੱਬ ਘੋੜਿਆਂ ਨਾਲ ਜੀ ਇਸਨੇ ਬਹੁਤ ਸਾਰੇ ਘੋੜੇ ਵੇ ਅਤੇ ਇਸਨੇ ਚੰਦ ਘੋੜੇ ਜਿਹੜੇ ਇੱਥੇ ਅਵੇਲੇਬਲ ਹੈ ਉਹਨਾਂ ਨੇ ਨਾਮ ਹੈ ਉਹ ਦੱਸਣ ਉਹਨਾਂ ਨੂੰ ਭਾਈ ਤਾਰਫ ਕਰਾ ਸਕਣ ਭਾਈ ਮਨੀਰ ਸਾਹਿਬ ਹੈ ਅਤੇ ਨਾਲ ਰਾਸ਼ਦ ਸਾਹਿਬ ਹੈ ਜੀ ਚੌਧਰੀ ਰਾਸ਼ਦ ਸਾਹਿਬ ਚੌਧਰੀ ਕਮਰਾਨ ਸਾਹਿਬ ਨਾਲ ਹੈ ਜੀ ਜੀ ਭਜਨ ਘੋੜੇ ਨਜ਼ਰ ਥੋੜ੍ਹਾ ਇਸ ਦਾ ਨਾਮ ਜਰਨਲ ਹੈ ਜੀ ਜੀ ਇਸਦੀ ਉਮਰ ਜਿਹੜੀ ਹੈ ਉਹ ਕੋਈ ਸਹੀ ਸਹੀ ਫਰੈਸ਼ ਘੋੜਾ ਆਇਆ ਤਕਰੀਬਨ ਕੋਈ ਮਹੀਨਾ ਡੇਢ ਹੋ ਗਿਆ ਲੱਗਦਾ ਸਹੀ ਸਹੀ ਇਸਦੀ ਹੁਣ ਟ੍ਰੇਨਿੰਗ ਚੱਲੇ ਦੇਣੇ ਆਪੇ ਇਹ ਨਵਾਂ ਘੋੜਾ ਆਇਆ ਇਹ ਘੋੜੇ ਕੋ ਤੂੰ ਸਾਰੇ ਆਏ ਸਪੈਂਸੋ ਆ ਗਿਆ ਸਹੀ ਜ਼ਬਰਦਸਤ ਜੀ ਜ਼ਬਰਦਸਤ ਇਸਦਾ ਨਾਂ ਸੁਲਤਾਨ ਹੈ ਮਾਸ਼ਾਅੱਲਾ ਬਹੁਤ ਅੱਛਾ ਜਾਨਵਰ ਹੈ ਬਹੁਤ ਹੀ ਅੱਛਾ ਇਧਰ ਇਹ ਇਸ ਦਾ ਨਾਂ ਸੁਲਤਾਨ ਹੈ ਸਰ ਇਹ ਸਭ ਤੋਂ ਪਹਿਲਾ ਘੋੜਾ ਸਾਡੇ ਕੋਲ ਇਹ ਵੀ ਸਪੈਂਸ ਤੋਂ ਆਇਆ ਸੀ ਸਪੈਂਸ ਹੋਇਆ ਸੀ ਇਹ ਸਭ ਤੋਂ ਪਹਿਲਾ ਘੋੜਾ ਸੀ ਸਾਡਾ ਇਧਰ ਇਹ ਜੀ ਇਹ ਕਿੰਗ ਹੈ ਇਸ ਦਾ ਨਾਂ ਕਿੰਗ ਹੈ ਕਿੰਗ ਇਹ ਵੀ ਥੋੜ੍ਹਾ ਸਪੈਂਸ ਹੀ ਹੈ ਇਹ ਸਾਡੇ ਬੜੇ ਭਾਈ ਹਨ ਭਾਈ ਸੁਨੀਲ ਉਹਨਾਂ ਦਾ ਜਾਨਵਰ ਹੈ ਮਾਸ਼ਾਅੱਲਾ ਜ਼ਬਰਦਸਤ ਜੀ ਜ਼ਬਰਦਸਤ ਕੋਈ ਕਮਾਲ ਗੁੱਜਰ ਸਾਹਿਬ ਸਾਡੇ ਗੁੱਜਰ ਭਰਾ ਨੇ ਇੱਥੇ ਹੀ ਬੈਠੇ ਨੇ ਉਹਨਾਂ ਨਾਲ ਘੋੜਾ ਵੈ ਮਾਸ਼ਾਅੱਲਾ ਅੱਲਾਹ ਪਾਕ ਦੀ ਸਪੀਕ ਕਰਾਂ ਨੇ ਇੱਥੇ ਇੱਕ ਲੱਭਿਆ ਵਿੱਚ ਹੀ ਹੈ ਸਹੀ ਸਹੀ ਅੱਗੇ ਆ ਗਿਆ ਘੋੜਾ ਸਾਜਨ ਸਾਜਨ ਇਸ ਦਾ ਨਾਂ ਸਾਜਨ ਹੈ ਜੀ ਜੀ ਆਪਣਾ ਘੋੜਾ ਹੈ ਜੀ ਇਹ ਵੀ ਸਪੈਂਸ ਹੀ ਆਇਆ ਵੈ ਇਧਰ ਆ ਪੁੱਤਰ ਮੁਖਤਲਿਫ ਕਲਰ ਨੇ ਸਾਰੇ ਜੀ ਜੀ ਇਹ ਖੁੱਲੇ ਕਲਰ ਇਸ ਦਾ ਥੋੜਾ ਜਿਹਾ ਸਹੀ ਜਿਆ ਫਿਰ ਅੱਗੇ ਸਾਰੇ ਸਾਫ ਸੁਥਰੇ ਔਰ ਅੱਛੇ ਘੋੜੇ ਕੋਈ ਇਹਨਾਂ ਕੀ ਗੰਦ ਛੰਦ ਇਹਨਾਂ ਵਿੱਚ ਕੋਈ ਨਹੀਂ ਹੈ ਕੋਈ ਐਬ ਇਹਨਾਂ ਵਿੱਚ ਕੋਈ ਨਹੀਂ ਹੈ ਸਾਰੇ ਘੋੜੇ ਤਕਰੀਬਨ ਅਲਹਮਦੁਲਿਲਾ ਸਾਰੇ ਘੋੜੇ ਸਾਡੇ ਜਿਹੜੇ ਉਹ ਅੱਛੇ ਘੋੜੇ ਨੇ ਇਸ ਤੋਂ ਪਰੇ ਹੁਣ ਇੱਕ ਥੋੜ੍ਹਾ ਜਿਹਾ ਅਸਲ ਬਾਰਿਸ਼ ਆ ਰਿਹਾ ਹੋਈ ਹੈ ਉੱਪਰ ਕਿੱਕੜ ਹੈ ਜੀ ਜੀ ਉੱਧਰ ਪਰੇ ਇੱਕ ਛੋਟਾ ਜਿਹੜਾ ਸਾਡੇ ਘਰਾਂ ਨਾਲ ਵਿਛੇਰਾ ਵੈ ਉਹ ਅਸਾਂ ਸਭ ਤੋਂ ਪਹਿਲੇ ਘੋੜੀ ਕੀਤੀ ਸੀ ਠੀਕ ਉਸ ਨਾਲ ਉਹ ਬੱਚਾ ਵੈ ਉਹ ਹੁਣ ਪਰ ਉਹ ਵੀ ਹੁਣ ਤਕਰੀਬਨ 2-3 ਸਾਲਾਂ ਨਾਲ ਉਸਕੀ ਵੀ ਹੁਣ ਸ਼ੁਰੂ ਕੀਤਾ ਟ੍ਰੇਨਿੰਗ ਸ਼ੈਨਿੰਗ ਦੇਣੇ ਪਿਆ ਅੱਜ ਵੀ ਖੜਿਆ ਸੀ ਉਸਕੀ ਉਹ ਵੀ ਤਕਰੀਬਨ ਰੈਡੀ ਹੈ ਉਹ ਇਨਸ਼ਾਅੱਲਾ ਅੱਲਾ ਨੇ ਹੁਕਮ ਨਾਲ ਤੁਸੀਂ ਇਹਨਾਂ ਕੀ ਹਫਤਾਵਾਰ ਮਤਲਬ ਇਹਨਾਂ ਕੀ ਰਿਆਸਤ ਕਰਾਉਣੇ ਹੋ ਜੀ ਤਕਰੀਬਨ ਭਾਈ ਬਲਾਲ ਉਹਨਾਂ ਕੀ ਬਹੁਤ ਜ਼ਿਆਦਾ ਸ਼ੌਕ ਹੈ ਭਾਈ ਬਲਾਲ ਦਾ ਮਤਲਬ ਮਸਾਰ ਉਹਨਾਂ ਕੀ ਜ਼ਿਆਦਾ ਸ਼ੌਕ ਹੈ ਜ਼ਿਆਦਾ ਉਹ ਹੀ ਟਾਈਮ ਦੇਣਾ ਸਪੈਸ਼ਲੀ ਭਾਈ ਬਲਾਲ ਜਿਹੜੇ ਨੇ ਉਹ ਸਮਝੋ ਰਹਿਣੇ ਹੀ ਇੱਥੇ ਸਹੀ 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 ਮੋਸਟ ਲਾਈਕਲੀ ਤਕਰੀਬਨ ਉਹਨਾਂ ਨੇ ਸਮਝੋ ਦਿਹਾੜੀ 'ਚ 5-6 ਘੰਟੇ ਐਵਰੀ ਡੇ ਬਿਲਾ ਨਾਗਾ ਉਹਨਾਂ ਸੁਣਾ ਹੀ ਸੁਣਾ ਮੈਂ ਸ਼ੁਕਰ ਅਲਹਮਦੁਲਿਲਾ ਇਹ ਚੱਲਾਂ ਮੈਂ ਪਿਆ ਸ਼ਾਇਦ ਇਹਨਾਂ ਨੇ ਵਸੀਲੇ ਨਾਲ ਸਾਰਾ ਵੀ ਰਿਜ਼ਤ ਰੋਜ਼ੀ ਚੱਲਾਂ ਮੈਂ ਪਿਆ ਅਲਹਮਦੁਲਿਲਾ